Hadi Gold, an Islamic record label. मेरे भाई उस्मान रशीद साहब और भाई मोहम्मद आसिफ रशीद साहब, इन्हां दे नाल नाल साकिब बशीर भाई, तनवीर भाई, सुहेल साहब, असद जमाल, गुलाम मुर्तजा, और अजे जिहड़ी अज जमात जिन्हें अज महफिल रौनक ही होर दित्ती हर लिहाज नाल, बिलखसूस मेरे बरादर मोहतरम मोहम्मद नवीद चौहान साहब जिन्होंने यूनान तो आके दियारे गैर चो रिसके खैर कमा के होर किसी रंगीनी की महफल से खर्च नहीं किया, दो उम्र के टिकट दे के अपनी भैन के नाल वफा की थी। दुआ है अल्लाह ताला साड़ी उस भैन के दर्जात बुलंदी अता फरमाए, साड़ी उस बेटी नू मालिक जन्नत चाला मकाम अता फरमाए, और नवीद भाई वास्ते दुआ अल्लाह ताला उदारें दी नियमतां नाल माला माल फरमाए। ਤੁਹਾਡੇ ਨਾਲ ਨਾਲ ਭਾਈ ਮੁਹੰਮਦ ਨਵੀਦ ਸਾਹਿਬ, ਉਹ ਵੀ ਯੂਨਾਨ ਤੋਂ, ਭਾਈ ਮੁਹੰਮਦ ਅਕਬਰ ਗੁਜਰ ਸਾਹਿਬ, ਅਦਨਾਨ ਸਾਕਿਬ ਸਾਹਿਬ, ਮੁਹੰਮਦ ਸ਼ਬੀਰ ਸਲਮਾਨ ਸਾਹਿਬ, ਭਾਈ ਇਮਰਾਨ ਬਸ਼ੀਰ ਸਾਹਿਬ, ਭਾਈ ਮੁਬੀਨ ਸਾਹਿਬ, ਇਹਨਾਂ ਦੀ ਪੂਰੀ ਟੀਮ। ਮੈਂ ਲੰਗਰ ਖਾਂਦੇ ਇਹਨਾਂ ਦਾ ਯਰਾਨਾ ਵੇਖਿਆ, ਯਰਾਨਾ ਕਹਿੰਦੇ ਇਹਨੂੰ ਨੇ, ਖੂਬਸੂਰਤ ਗੁਫ਼ਤਗੂ। ਮੈਂ ਪੂਰੇ ਪਿੰਡ ਨੂੰ ਮੁਬਾਰਕਬਾਦ ਦਿਆਂਗਾ, ਲੇਕਿਨ ਆਪਣੇ ਬਜ਼ੁਰਗਵਾਰ ਅੱਲਾ ਇਹਨਾਂ ਨੂੰ ਲੰਬੀ ਜ਼ਿੰਦਗੀ ਦੇਵੇ, ਜਿਹੜੇ ਇਹਨਾਂ ਦੇ ਬਜ਼ੁਰਗਵਾਰ ਨੇ, ਹਾਜੀ ਰਸ਼ੀਦ ਅਹਿਮਦ ਸਾਹਿਬ, ਹਾਜੀ ਬਸ਼ੀਰ ਅਹਿਮਦ ਸਾਹਿਬ, ਚੌਧਰੀ ਲੰਦੀਮ ਸਾਹਿਬ, ਹਾਜੀ ਇਕਬਾਲ ਸਾਹਿਬ, ਰਮਜ਼ਾਨ ਸਾਬਰੀ ਸਾਹਿਬ, ਜਮਾਲਦੀਨ ਸਾਹਿਬ, ਮੁਸ਼ਤਾਕ ਸਾਹਿਬ, ਬਸ਼ੀਰ ਸਾਹਿਬ, ਔਰ ਇਹਨਾਂ ਦੀ ਪੂਰੀ ਫੈਮਲੀ, ਔਰ ਬਿਲਖਸੂਸ ਜਿਨ ਮਰਹੂਮੀਨ ਕੇ ਲੀਏ ਬੜਾ ਅਹਿਸਾਨ ਸਵਾਬ ਲਿਖਾ ਗਿਆ ਹੈ। ਦੁਆ ਫਰਮਾਏ ਸੈਯਦ ਪਾਕ ਲਾਜਪਾਲ ਬਾਬਾ ਜਹਾਨ ਕਾ ਸਦਕਾ ਅੱਲਾ ਉਨਕੇ ਦਰਜਾਤ ਮੇਂ ਬੁਲੰਦੀ ਅਤਾ ਫਰਮਾਏ। ਮੇਰੇ ਦਿਲ ਦੇ ਬਹੁਤ ਕਰੀਬ ਮਿਆਣੀ ਢੇਰਿਆਂ ਤੋਂ ਸਾਡਾ ਸੋਹਣਾ ਜਿਹਾ ਵੀਰ, ਸਾਡੇ ਦੁੱਖ ਸੁੱਖ ਦਾ ਸਾਂਝਾ ਸਾਥੀ ਜਨਾਬ ਚੌਧਰੀ ਸੱਜਾਦ ਗਫੂਰ ਸਾਹਿਬ, ਔਰ ਉਹਨਾਂ ਤੋਂ ਅੱਗੇ ਬੈਠੇ ਨੇ ਸਾਡੇ ਮੁਹੰਮਦ ਫਾਰੂਕ ਸਿਆਲਵੀ ਸਾਹਿਬ, ਔਰ ਜਿਤਨੇ ਵੀ ਦੋਸਤ ਸ਼ਰੀਫ ਫਰਮਾ ਨੇ, ਬਿਲਖਸੂਸ ਭਿੱਖੀ ਸ਼ਰੀਫ ਦੇ ਆਸਥਾਨੇ 'ਤੇ ਉੱਥੇ ਜ਼ੇਰੇ ਸਾਇਆ ਤਾਲੀਮ ਹਾਸਲ ਕਰਨ ਵਾਲੇ ਤਲਬ ਇਲਮ ਹਜ਼ਰਾਤ, ਮੈਂ ਉਹਨਾਂ ਨੂੰ ਵੀ, ਔਰ ਬਿਲਖਸੂਸ ਸਾਹਿਬਜ਼ਾਦਾ ਸੈਯਦ ਮਦੀਨ ਸ਼ਾਹ ਸਾਹਿਬ, ਔਰ ਸੈਯਦ ਉਵੈਸ ਸ਼ਾਹ ਸਾਹਿਬ, ਔਰ ਮੇਰੇ ਮਸਲਕ ਦੇ ਬਹਾਰ ਅਲਾਮਾ ਗੁਲਜ਼ਾਰ ਸਾਹਿਬ, ਔਰ ਉਹਨਾਂ ਦੇ ਨਾਲ ਨਾਲ ਕਿਬਲਾ ਹਜ਼ਰਤ ਸਾਹਿਬ ਇੱਥੇ ਤਸ਼ਰੀਫ ਫਰਮਾ ਸਨ। ਆਪਦਾ ਨਾਮ ਜੀ? ਅਬਦੁੱਲਾ ਅਤਾਰੀ ਸਾਹਿਬ। ਮੇਰੇ ਕੋਲ ਲਫ਼ਜ਼ ਨਹੀਂ, ਮੈਂ ਤੁਹਾਡਾ ਸ਼ੁਕਰੀਆ ਅਦਾ ਕਰਾਂ। ਮੇਰਾ ਉੱਥੇ ਇੱਕ ਬੇਟਾ ਬੋਲਿਆ ਸੀ, ਬੇਟਾ ਮੇਰੀ ਆਦਤ ਨਹੀਂ, ਮੈਂ ਸਾਰੇ ਮਹਿਫਲ ਤੇਰੇ ਕੋਲ ਮਾਜ਼ਰਤ ਕਰਾਂਗਾ ਬਗੈਰ ਕਿਸੇ ਡਰ ਤੋਂ, ਕੋਈ ਹੋਰ ਖੌਫ ਨਹੀਂ, ਕਿਉਂਕਿ ਮੈਂ ਇਸ ਵਾਸਤੇ ਕਿ ਨਾ ਜਾਣੇ ਜ਼ਿੰਦਗੀ ਦੀ ਸ਼ਾਮ ਕਿੱਥੇ ਹੋ ਜਾਏ, ਅਗਰ ਮੇਰੀ ਵਜ੍ਹਾ ਤੋਂ ਕਿਸੇ ਦੀ ਦਿਲ ਅਦਾਰੀ ਹੋਈ ਹੋਵੇ ਤਾਂ ਮੈਂ ਅਲੀ ਅਲੀ ਕਰਨ ਵਾਲਾ, ਨਵੀ ਨਵੀ ਕਰਨ ਵਾਲਾ, ਸਦੀਕ ਅਕਬਰ ਪਾਕ ਦਾ ਨੌਕਰ। ਮੈਂ ਬਹੁਤ ਸ਼ੁਕਰੀਆ ਜੀ, ਮਿਹਰਬਾਨੀ, ਅੱਲਾ ਤੈਨੂੰ ਜਦੈ ਖੈਰ ਤਾ ਫਰਮਾ ਬੇਟਾ। ਤੂੰ ਇੱਕ ਵਾਰੀ ਲਵ ਯੂ ਆਖਿਆ, ਮੇਰੇ ਕੋਲ ਗਿਣਤੀ ਕੋਈ ਨਹੀਂ, ਮੇਰਾ ਹਿਸਾਬ ਵੈਸੇ ਹੀ ਬੜਾ ਕਮਜ਼ੋਰ ਹੈ, ਮੈਂ ਇੱਥੇ ਮੈਟ੍ਰਿਕ 'ਚ ਮੈਂ ਰੱਟਾ ਲਾਈ ਦੇ ਸਕਦਾ ਤੇ ਮੈਂ ਨਾ ਬਚਪਨ ਤੋਂ, ਇਸ ਵਾਸਤੇ ਕਦੀ ਉੱਤੋਂ ਵੇਖ ਕੇ ਪੜ੍ਹਨ ਦਾ ਆਦੀ ਨਹੀਂ। ਆਹ ਖੁਸ਼ਬੂ ਵਾਲੇ ਬਿੱਲੀ 15-20 ਆਏ ਨੇ, ਇਹਨਾਂ ਨਾਲ ਪਿਆਰ ਕਰਿਆ ਜੇ, ਪਿਆਰ ਦਾ ਮਤਲਬ ਵੀ ਇਹਨਾਂ ਦੇ ਸਿਰ 'ਤੇ ਹੱਥ ਫੇਰ ਕੇ ਗੋਲੀ ਮਾਰਨ, ਇਹਨਾਂ ਦੀ ਖਿਦਮਤ ਕਰਿਆ ਜੇ ਸੁਭਾਨ ਅੱਲਾਹ। ਬਾਕੀ ਮਾਮਲਾ ਆਸਿਫ ਭਾਈ, ਉਸਮਾਨ ਭਾਈ, ਨਦੀਮ ਭਾਈ, ਮੈਂ ਆਪਣੇ ਨਾਲ ਵੀਰਾਂ ਨੂੰ ਕਰੋੜਾਂ ਵਾਰ ਮੁਬਾਰਕਬਾਦ ਪੇਸ਼ ਕਰਨਾ। ਸਾਰਾ ਸਾਲ ਖੁਦਾ ਦੀ ਇੱਜ਼ਤ ਦੀ ਕਸਮ, ਮਹਿਫਲ ਪੱਕੀ ਕਰਨ ਦਾ ਆਦੀ ਨਹੀਂ ਮੈਂ, ਮੇਰਾ ਪਿਆਰ ਇਸ ਕਿਸਮ ਦਾ, ਮੇਰੀ ਮਜਬੂਰੀ ਵੀ ਅੱਗੇ ਜਾਣਾ ਹੈ, ਸੈਯਦ ਨੇ ਦਾਵਤ ਦਿੱਤੀ ਹੈ। ਲੇਕਿਨ ਆਸਿਫ ਸਾਹਿਬ ਨੇ ਸੈਯਦ ਵੈਸ਼ ਸ਼ਾਹ ਸਾਹਿਬ ਨੂੰ ਕਹਿ ਕੇ ਆਖਿਆ ਵੀ ਲੰਮਾ ਚੌੜਾ ਕੰਮ ਕਰਨਾ ਹੈ, ਤੇ ਮੈਂ ਪੱਕਾ ਹੋ ਗਿਆ, ਮੈਨੂੰ ਪਹਿਲਾਂ ਹੀ ਪਤਾ ਸੀ ਕੋਈ ਨਾ ਕੋਈ ਬਹਾਨਾ ਇਹਨਾਂ ਢੂੰਡਣਾ, ਲੇਕਿਨ ਮੈਂ ਇਨਸ਼ਾਅੱਲਾ ਆਸੀ ਸਾਹਿਬ ਤੱਕ ਇੱਥੇ ਬੈਠਾ। ਆਸੀ ਸਾਹਿਬ ਦਾ ਮੈਂ ਮਸ਼ਕੂਰ ਹਾਂ, ਮਮਨੂਨ ਹਾਂ, ਬਿਲਖਸੂਸ ਜ਼ਾਹਿਦ ਭੱਟ ਸਾਹਿਬ ਤੁਹਾਡਾ ਸ਼ੁਕਰੀਆ ਅਦਾ ਕਰਾਂਗਾ, ਤੁਸੀਂ ਬਿਲਕੁਲ ਆਪਣੇ ਟਾਈਮ ਨਾਲ ਆਏ। ਆਈ ਵੇਟ ਯੂ ਅਤੇ ਆਈ ਲਵ ਯੂ, ਬਹੁਤ ਸ਼ੁਕਰੀਆ ਜੀ, ਤੁਹਾਡਾ ਸਾਰਿਆਂ ਦਾ ਸ਼ੁਕਰੀਆ ਜੀ। ਇੱਕ ਨਾਰਾ ਲਾਓ ਮੇਰੇ ਮਸਲਕ ਦਾ, ਇੱਕ ਬੱਬਰ ਸ਼ੇਰ ਨਾਥ ਖਾਂ ਤੁਹਾਡੇ ਹਵਾਲੇ ਕਰਨ ਲੱਗਾ। ਅਕੀਦੇ ਨਾਲ, ਅਕੀਦੇ ਦੀ ਵਜ੍ਹਾ ਤੋਂ ਕਦੀ ਲਿਫਣ ਵਾਲਾ ਨਹੀਂ ਬੰਦਾ, ਉਹਨੂੰ ਮੇਰੀ ਪੰਜਾਬੀ ਦੇ ਲਫ਼ਜ਼ਾਂ ਦੀ ਸਮਝ ਨਹੀਂ ਆਉਣੀ ਕਿਉਂਕਿ ਕਰਾਚੀ 'ਚ ਹੈ, ਲੇਕਿਨ ਕੁਝ ਕੁਝ ਆ ਜਾਏਗਾ ਕਿਉਂਕਿ ਚੌਧਰੀ ਸਜਾਦ ਦੇ ਨਾਲ ਰਹਿੰਦੇ ਨੇ, ਕੁਝ ਕੁਝ ਆ ਜਾਏਗਾ। ਮੈਂ ਪਾਕਿਸਤਾਨ ਤੋਂ ਬਾਹਰ ਵੀ ਪੂਰੀ ਦੁਨੀਆ 'ਚ ਇਸ ਵੀਰ ਦੇ ਨਾਲ ਸਫ਼ਰ ਕੀਤਾ,
ਅੱਲਾਹ ਦੀ ਇੱਜ਼ਤ ਦੀ ਕਸਮ ਉਠਾ ਕੇ ਕਹਿਣਾ ਯੂਰਪ ਯੂਕੇ ਤੱਕ ਸਫ਼ਰ ਕੀਤਾ ਹੈ ਲੇਕਿਨ ਮਾਲਕ ਨੇ ਬੜਾ ਮਲਕਾ ਵੀ ਅਦਾ ਕੀਤਾ ਤੇ ਸਬਰ ਤੇ ਬਰਦਾਸ਼ਤ ਵੀ ਬੜਾ ਅਦਾ ਕੀਤਾ ਆਪਣਾ ਵਕਤ ਕਾਲੀ ਸਾਹਿਬ ਨੇ ਇਸ ਵਾਸਤੇ ਅਦਾ ਕੀਤਾ ਕਿ ਕਾਲੀ ਸਾਹਿਬ ਨੇ ਜਾਣਾ ਕਾਲੀ ਸਾਹਿਬ ਨੇ ਜਿਹੜਾ ਸਾਡੇ ਨਾਲ ਵਾਅਦਾ ਕੀਤਾ ਉਹਨਾਂ ਵੀ ਵਫਾ ਕੀਤਾ ਅੱਲਾਹ ਉਹਨਾਂ ਨੂੰ ਵੀ ਦਰਾਂ ਦੀਆਂ ਨੇਮਤਾਂ ਨਾਲ ਮਾਲਾਮਾਲ ਫਰਮਾਏ ਇਫਤਖਾਰ ਰਿਜ਼ਵੀ ਦਾ ਕੰਮ ਹੀ ਸਿਰਫ ਪ੍ਰੋਗਰਾਮ ਨੂੰ ਮੈਨੇਜਮੈਂਟ ਕਰਨਾ ਹੈ ਲੋ ਜੀ ਇੱਕ ਨਾਰਾ ਲਾਣਾ ਜੀ ਤੁਹਾਡੀ ਆਵਾਜ਼ ਕਰਾਚੀ ਤੱਕ ਤਾਂ ਨਹੀਂ ਜਾ ਸਕਦੀ ਲੇਕਿਨ ਕਰਾਚੀ ਦੇ ਬੰਦੇ ਤੱਕ ਤਾਂ ਜਾ ਸਕਦੀ ਹੈ ਜਿਹੜਾ ਇੱਥੇ ਸੁਭਾਨ ਅੱਲਾਹ ਹੈ ਕਰਾਚੀ ਤੱਕ ਤਾਂ ਤੁਸੀਂ ਮੈਂ ਆਪਣੀ ਪਹੁੰਚਾ ਸਕਦੇ ਮਜਬੂਰੀ ਹੈ ਤੁਹਾਡੀ ਖਾਨ ਸਾਹਿਬ ਦਾ ਦੌਰ ਹੈ ਨਾਲ ਦੇ ਮਹੱਲੇ 'ਚ ਨਹੀਂ ਜਾ ਸਕਦੀ ਆਵਾਜ਼ ਸੁਭਾਨ ਹੈ ਉਹ ਮੈਂ ਚਲਾ ਗਿਆ ਜੀ ਮੈਂ ਚਲਾ ਗਿਆ ਅਗਲੇ ਦਿਨ ਲਾਹੌਰ ਅਤੇ 9 ਵਜੇ ਦਾ ਮੈਂ ਬੈਠਾ ਅਤੇ 11 ਵੱਜ ਗਏ ਉਹ 5 ਕੁ ਮੁੰਡੇ ਉੱਠਣ ਮਿੰਟ ਬਾਅਦ ਕਹਿਣ ਕਸ਼ਮੀਰ ਲੈ ਕੇ ਰਹੇਗੇ ਕਸ਼ਮੀਰ ਲੈ ਕੇ ਰਹੋ ਜਦੋਂ ਵਾਰੀ ਮੇਰੀ ਆਈ ਮੈਂ ਕਿਹਾ ਬਹਿ ਜਾਓ ਮੇਰੇ ਵੀਰੋ ਤੁਸੀਂ ਕਸ਼ਮੀਰ ਕਸ਼ਮੀਰ ਕਿਉਂ ਨਹੀਂ ਲੈ ਸਕਦੇ ਕਸ਼ਮੀਰ ਕਿਤੇ ਲੱਭਣਾ ਤੁਹਾਨੂੰ ਹਾਂਜੀ ਅੱਲਾਹ ਤਾਲਾ ਤੁਹਾਨੂੰ ਹਦਾਇਤ ਤਾ ਫਰਮਾਏ ਸਮਝ ਗਏ ਨਾ ਬਸ ਇੱਕ ਨਾਰਾ ਮੇਰੇ ਵੀਰ ਤੋਂ ਕਬਲ ਨਾਰਾ ਹੈ ਤਕਬੀਰ ਇਹ ਜਿਹੜੇ ਤੁਹਾਡੇ ਕੋਲ ਉੱਠਦੇ ਨੇ ਫਿਰ ਆ ਜਾਂਦੇ ਨੇ ਇਹ ਪਿੰਡ ਦੇ ਹੀ ਨੇ ਹੈ ਤੂੰ ਜਾਣਦਾ ਇਹਨਾਂ ਨੂੰ ਇਹ ਕੋਈ ਐਸਾ ਬੰਦਾ ਇਹਨਾਂ ਨੂੰ ਪਿੱਛੇ ਪਿੱਛੇ ਮੈਂ ਸਾਰਿਆਂ ਨੂੰ ਪਰਾਂ ਕਰਾ ਦਿਆਂਗਾ ਜਦੋਂ ਉਹਨਾਂ ਦੀ ਵਾਰੀ ਆਏਗੀ ਨਾ ਮੈਂ ਸਾਰਿਆਂ ਨੂੰ ਨਾਲ ਲੈ ਜਾਵਾਂਗਾ ਟੈਨਸ਼ਨ ਨਹੀਂ ਲੈਣੀ ਉੱਠੋ ਮੇਰਾ ਪੁੱਤਰ ਕੋਈ ਸਿਆਣਾ ਲੱਗੇ ਨਾ ਤੁਸੀਂ ਸਾਈਂ ਅੱਗੇ ਲਾਇਆ ਸਾਈਂ ਦੀ ਕਿਹਨੇ ਮੰਨਣੀ ਹੈ ਉੱਠੋ ਨਹੀਂ ਜੀ ਆ ਚਲੋ ਬੇਟਾ ਮੈਂ ਉੱਠੇ ਚੱਲ ਉੱਠੇ ਚਲੋ ਚਲੋ ਤੁਸੀਂ 2-4 ਸਮਝਦਾਰ ਬੰਦੇ ਅੱਗੇ ਆਓ ਯਾਰ ਆਪ ਤਾਂ ਨਹੀਂ ਤੁਸੀਂ ਪਾਏ ਬਹੁਤ ਸ਼ੁਕਰੀਆ ਤਾਂ ਐਸੀ ਗੱਲ ਤਾਂ ਕਿਵੇਂ ਰੱਖਦੇ ਹੋ ਉਹ ਜਦੋਂ ਕੁ ਰੌਲਾ ਪੈਂਦਾ ਇੱਥੋਂ ਅੱਛਾ ਵੀ ਅੱਲਾਹ ਦੀ ਕਸਮ ਹੈ ਇੱਥੋਂ ਤੱਕ ਕਿ ਪੈਸੇ ਦੇ ਪੈਸੇ ਮੇਰੇ ਕੋਲ ਮੈਂ ਖੋ ਕੇ ਲੈ ਗਏ ਏਡੀ ਤਾਕਤ ਇਹਨਾਂ ਬੱਚਿਆਂ ਦੇ ਵਿੱਚ ਇੱਕ ਨਾਰਾ ਜੀ ਨਾਰਾ ਤਕਬੀਰ ਅੱਲਾਹੁ ਅਕਬਰ ਨਾਰਾ ਤਕਬੀਰ ਅੱਲਾਹੁ ਅਕਬਰ ਨਾਰਾ ਤਕਬੀਰ ਅੱਲਾਹੁ ਨਰਾਸ ਨਹੀਂ ਹੋ ਗਏ ਮੇਰਾ ਇਹਦਾ ਤਰੀਕਾ ਕਰ ਨਹੀਂ ਲੇਕਿਨ ਮਹਿਫਲ ਦਾ ਮਾਹੌਲ ਦੁਨੀਆ ਵੇਖ ਰਹੀ ਹੈ ਅਗਰ ਉਹ ਸ਼ੁਕਰਪੁਰ ਬਹਿ ਕੇ ਬੰਦਾ ਸ਼ਾਇਰ ਵੇਖ ਸਕਦਾ ਤੇ ਫਿਰ ਹਜ਼ੂਰ ਵੀ ਤਾਂ ਸਾਨੂੰ ਵੇਖ ਰਹੇ ਨੇ ਇਸ ਵਾਸਤੇ ਮੈਂ ਚੜਾ ਚਾਹੇ ਔਰ ਮੇਰਾ ਕੋਈ ਤਕੀਆ ਕਲਾਮੇ ਦਾ ਨਹੀਂ ਹੁੰਦਾ ਨਾਰਾ ਤਕਬੀਰ ਅੱਲਾਹੁ ਅਕਬਰ ਨਾਰਾ ਰਿਸਾਲਤ ਯਾ ਰਸੂਲ ਨਾਰਾ ਤਹਕੀਕ ਹਕ ਚਾਰ ਨਾਰਾ ਹੈਦਰੀ ਯਾ ਅਲੀ ਨਾਰਾ ਗੌਸੀਆ ਯਾ ਰਸੂਲ ਅਲ ਹਾਜ ਅਲ ਹਾਫਿਜ਼ ਗੁਲਾਮ ਮੁਸਤਫਾ ਅਤਾਰੀ ਕਾਦਰੀ ਸਾਹਿਬ